ਕਿ ਜਿੱਤ ਕੇ ਵੀ ਬਾਜ਼ੀਆਂ ਹਾਰ ਜਾਂਦੇ, ਕਿ ਹਾਰ ਕੇ ਵੀ ਬਾਜ਼ੀਆਂ ਜਿੱਤ ਜਾਂਦੇ। ਸਤਿ ਸ੍ਰੀ ਅਕਾਲ ਜੀ, ਮੈਂ ਬੂਟਾ ਸਿੰਘ ਲੱਦੜ, ਸਾਡੇ ਨਾਲ ਮੌਜੂਦ ਤਨੂੰ ਸ਼ਰਮਾ ਜੀ ਗੱਲਬਾਤ ਕਰਾਂਗੇ ਉਹਦੇ ਨਾਲ, ਤੇ ਹੁਣ ਉਹ ਟੈਨਸ਼ਨ ਫ੍ਰੀ ਹੋ ਗਏ। ਹਾਂਜੀ, ਕਿੱਦਾਂ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਬਾਈ, ਧੰਨਵਾਦ ਤੁਹਾਡਾ ਸਾਰਿਆਂ ਦਾ ਸਪੋਰਟ ਸਾਥ ਦੇਣ ਦੇ ਲਈ। ਮੈਂ ਤਾਂ ਇਹੀ ਕਹੂੰਗਾ ਕਿ ਜੇ ਮੀਡੀਆ ਨਾ ਆਉਂਦੀ ਅੱਜ ਮੈਨੂੰ ਮਜ਼ਾਕ ਨਾ ਹੁੰਦਾ। ਹੁਣ ਜਮੀਨ ਨਿਊਟਰਲ ਹੋ ਗਏ, ਟੈਨਸ਼ਨ ਫ੍ਰੀ ਹੋ ਗਏ, ਬਿਲਕੁਲ ਜੀ। ਕਿੱਦਾਂ ਲੱਗਦਾ ਪਿਆ ਹੁਣ? ਰਿਲੈਕਸ, ਜਿਵੇਂ ਫਿਰ ਤੋਂ ਨਾ ਪੱਥਰ ਉਤਰ ਗਿਆ ਹੋਵੇ ਉਹ ਕੰਮ ਹੋ ਗਿਆ। ਪਹਿਲਾਂ ਟੈਨਸ਼ਨ ਹੁੰਦੀ ਵੀ ਕਦੇ ਨੀਂਦ ਨੀ ਆਉਂਦੀ ਹੈਗੀ ਤੇ ਇੰਨੀ ਟੈਨਸ਼ਨ ਵੀ ਹਾਂ ਵੀ ਕਰਜ਼ਾ ਵੀ ਜਾਣਾ, ਕਿਸ ਤਾਲ ਆ ਕੇ ਮੂਹਰੇ ਨਾ ਖੜ ਜਾਵੇ, ਡਰ ਤੇ ਨਾ ਆ ਜਾਵੇ। ਉੱਥੇ ਮੰਡੀ ਚ ਕਦੇ ਮੀਂਹ ਪੈ ਜਾਂਦਾ ਸੀ, ਕਦੇ ਰੇੜੀ ਲੱਗਦੀ ਨੀ ਹੈਗੀ ਤੀ, ਜੋ ਵੀ ਏਦਾਂ ਦਾ ਸਮਾਂ ਦੀ ਨਿਕਲ ਜਾਓ। ਇੱਕ ਤਾਂ ਕਹਿੰਦੇ ਹੁਣ ਚਾਰ ਚੰਦ ਹੋਰ ਲੱਗ ਗਏ ਜਾਂ ਤੁਹਾਨੂੰ ਹੁਣ ਨੌਕਰੀ ਮਿਲ ਗਈ, ਇਹ ਚ ਕੱਚਿਆਂ ਚ ਹੀ ਰੱਖਿਆ? ਹਾਂਜੀ, ਮੈਂ ਉਹ ਵੀ ਦੱਸਦਾ, ਮੈਂ ਸ਼ੁਕਰ ਗੁਜ਼ਾਰਾ ਭਗਵੰਤ ਮਾਨ ਸਾਹਿਬ ਦੇ, ਉਹਨਾਂ ਨੇ ਚਲੋ ਲੇਟ ਸਹੀ ਲੇਕਿਨ ਸੁਣੀ, ਕਹਿੰਦੇ ਨਾ ਕਿ ਦੇਰ ਹੈ ਦਰੁਸਤ ਹੈ। ਮੈਂ ਦਿਲੋਂ ਧੰਨਵਾਦ ਕਰਨਾ ਮਾਨ ਸਰਕਾਰ ਦਾ, ਮੌਜੂਦਾ ਥੰਨੇ ਦੇ ਪ੍ਰਸ਼ਾਸਨ ਦਾ, ਈਓ ਸਾਹਿਬ ਦਾ, ਡੀ ਸੀ ਸਾਹਿਬ ਦਾ, ਏ ਡੀ ਸੀ ਸਾਹਿਬ ਦਾ, ਤੇ ਹਰ ਉਸ ਸੱਜਣ ਦਾ, ਹਰ ਉਸ ਭੈਣ ਦਾ, ਭਰਾ ਦਾ, ਜਿਹਨੇ ਚਾਹੇ ਮੇਰੀ ਥੋੜੀ ਸਪੋਰਟ ਕਰੀ ਲੇਕਿਨ ਕਰੀ। ਸਪੋਰਟ ਤਾਂ ਉਹ ਭਰਾਵਾਂ ਨੇ ਵੀ ਕੀਤੀ ਆ, ਜਾਂ ਕਰਦਾ ਥੋੜੇ 12 ਲੱਖ ਰੁਪਏ ਚੜੇ ਹੋਏ, ਥੋੜਾ ਥੋੜਾ ਕਰਕੇ ਤੁਹਾਨੂੰ ਦਿੰਦੇ ਰਹੇ ਨੇ, ਜ਼ਿਆਦਾ ਸਪੋਰਟ ਹੋਣੀ ਕਹਿੰਦੇ ਕਰਨ ਵਾਲੀ ਨੇ ਕੀਤੀ ਆ। ਨਹੀਂ ਵੀਰੇ ਦੇਖੋ, ਮੈਂ ਇੱਕ ਗੱਲ ਜਾਣਨਾ ਕਿ ਜੇ ਐਨ ਆਰ ਆਈ ਭਰਾ ਨਾ ਹੁੰਦੇ ਤਾਂ ਮੈਂ ਤੁਹਾਡੇ ਕੋਲ ਇੰਟਰਵਿਊ ਨਾ ਕਰਦਾ, ਸਲੂਟ ਕਰਦਾ ਪੰਜਾਬ ਦੇ, ਇੰਡੀਆ ਦੇ ਐਨ ਆਰ ਆਈ ਭਰਾਵਾਂ ਦਾ, ਇਹ ਜਿਹਨਾਂ ਨੇ ਮੇਰੀ ਚਾਹੇ 1 ਰੁਪਏ ਦੀ ਮਦਦ ਕਰੀ, ਉਹ ਤੋਂ ਬਾਅਦ ਬੜਾ ਨਾਮ ਆਉਂਦਾ ਹੈ ਕਰਨ, ਇੱਕ ਆਸਟ੍ਰੇਲੀਆ ਤੋਂ ਨੇ, ਉਹ ਤੋਂ ਬਾਅਦ ਕਰਨ ਬਿਰਲਾ ਬਾਈ ਨੇ, ਨੌਂ ਲੱਖ ਰੁਪਏ ਦੀ ਮੇਰੀ ਮੰਗੀ। ਦਿਲੋਂ ਧੰਨਵਾਦ ਹੈ ਜੀ, ਮੈਂ ਕਰੂਰ ਆ, ਕਹਿੰਦੇ ਨਾ ਕਿ ਰੱਬ ਆਪ ਨੀ ਆ ਸਕਦੇ ਕਿਸੇ ਦੇ ਰੂਪ ਦੇ ਵਿੱਚ ਆਉਂਦੇ, ਉਹ ਕਰਨ ਔਜਲਾ ਬਾਈ ਆ ਗਏ। ਕਹਿੰਦੇ ਕਰਜ਼ਾ ਵੀ ਰੁੜੇ ਚੜ੍ਹੇ ਦੀ ਹੁਣ ਉੱਤਰ ਵੀ ਗਿਆ, ਇਹ ਸਿਲਸਿਲਾ ਜ਼ਿੰਦਗੀ ਦਾ ਕਹਿੰਦੇ ਬੜੀਆਂ ਠੋਕਰਾਂ ਖਾਧੀਆਂ ਨੇ ਚੱਲਦੇ ਵੀ ਆ। ਤਨੂੰ ਸ਼ਰਮਾ ਜੀ ਹੁਣ ਜਿੱਦਾਂ ਕਿ ਪਹਿਲਾਂ ਕਰਾਟੇ ਖੇਡਦੇ ਸੀ, ਹੁਣ ਵੀ ਐਕਸਰਸਾਈਜ਼ ਕਰਦੇ ਵੀ ਛੱਡ ਗਏ? ਨਹੀਂ, ਮੈਂ ਪਿਛਲੇ 7-8 ਮਹੀਨੇ ਤੋਂ ਥੋੜ੍ਹੀ ਜਿਹੀ ਪ੍ਰੋਬਲਮ ਹੈ, ਜੂਝ ਰਿਹਾ ਜਲਦੀ ਸਹੀ ਹੋਊਗੀ ਦੁਬਾਰਾ ਫਿਰ। ਜਿਹੜੇ ਪੁਰਾਣੇ ਕੰਮ ਕਰਦੇ ਸੀ ਆਪਣੀ ਰੇਹੜੀ ਵੀ ਲੱਗਦੀ ਸੀ, ਉਹ ਲੱਗੂਗੀ ਹੁਣ? ਹਾਂ ਬਾਈ, ਉਹ ਲੱਗੂਗੀ, ਕਿਉਂਕਿ 13,500 ਦੀ ਜੋਬ ਚੱਲਦਾ ਯਾਰ, ਹੋਊਗਾ। ਪਰ ਕਿਤੇ ਨਾ ਕਿਤੇ ਇਨ ਫਿਊਚਰ ਅੱਗੇ ਮੈਰਿਜ ਵੀ ਕਰਨੀ, ਪਰਿਵਾਰ ਵੀ ਕਰਨਾ, ਤੇ ਉਹ ਬ੍ਰਦਰ ਦਾ ਮੈਂ ਨਾਲ ਹੈਲਪ ਕਰਾਂਗੇ ਭਰਾ, ਮੋਢੇ ਨਾਲ ਮੋਢਾ ਲੱਗ ਕੇ ਪਹਿਲਾਂ ਵੀ ਖੜੇ, ਤੂੰ ਹੁਣ ਨਾਲ ਉਹਦੇ ਭਰਾ ਦੇ ਨਾਲ ਵੀ ਖੜਾ। ਕਿਉਂਕਿ ਦੇਖੋ ਕੰਮ ਛੋਟਾ ਬੜਾ ਨਹੀਂ, ਇਸ ਕੰਮ ਨੇ ਮੈਨੂੰ ਇਸ ਬੰਨਣ ਦੀ ਲੱਗ ਜਾਇਆ। ਇਸ ਕਹਿੰਦੇ 13,000 ਦੀ ਨੌਕਰੀ ਲੱਗੀ ਹੈ, ਜਾਂ ਫੂਡ ਪਾਲਿਸ ਨਾ ਕਰਦਾ ਕਿਤੇ ਨਾ ਕਿਤੇ ਕਿਤੇ ਉੱਥੇ ਤੱਕ ਉਹ ਪਹੁੰਚਣੀ ਨਹੀਂ ਹੈਗੀ ਜੀ ਤੁਹਾਡੀ ਗੱਲ। ਦੇਖੋ ਇੱਕ ਚਲੋ ਗੁੱਸਾ ਸੀਗਾ ਸਰਕਾਰਾਂ ਪ੍ਰਤੀ, ਰੋਲ ਸੀਗਾ ਉਹ ਗੁੱਸਾ ਗੈਜ ਵੀ ਸੀਗਾ। ਮੈਂ ਦਿਲੋਂ ਧੰਨਵਾਦ ਸ਼ੇਅਰ ਕਰਦਾ ਸਰਕਾਰਾਂ ਨਾਲ ਕਿ ਉਹਨਾਂ ਨੇ ਮੇਰੇ ਚੱਲੇ ਹੱਥ ਰੱਖਿਆ, ਛੋਟੀ ਨੌਕਰੀ ਬੱਚਿਆਂ ਨੂੰ ਦਿੱਤੀ, ਲੇਕਿਨ ਨੌਕਰੀ ਉਮੀਦ ਦਿੱਤੀ ਸੀਗਾ। ਨੌਕਰੀ ਤੁਹਾਨੂੰ ਕਿੱਥੇ ਕਿੱਥੇ ਗਿਆ ਸੀ, ਪੰਜਾਬ ਵਿੱਚ ਕਿਹੜੇ ਕਿਹੜੇ ਏਰੀਆ ਚ ਲੈ ਸਕਦੇ, ਕੋਈ ਏਦਾਂ ਦੀ ਗੱਲ ਬਾਤ ਵੀ? ਪਹਿਲੇ ਤਾਂ ਉਹਨਾਂ ਨੇ ਕਿਹਾ ਕਿ ਦੁਜਾਣੇ ਕਾਰਪੋਰੇਸ਼ਨ ਕਰ ਲਓਗੇ, ਤਾਂ ਮੈਂ ਉਹਨੂੰ ਦੇਖੋ 13,000 ਰੁਪਏ ਦੀ ਨੌਕਰੀ ਹੋਣੀ, ਮੈਂ ਆ ਨਹੀਂ ਆ ਜਾ ਨਹੀਂ ਸਕਦਾ, ਫਿਰ ਮੈਨੂੰ ਕਹਿੰਦੇ ਕਿੱਥੇ ਕਰ ਸਕਦੇ, ਖੰਨਾ ਕਮੇਟੀ ਕਰਵਾ ਦਿਓ ਜਾਂ ਤਹਿਸੀਲਦਾਰ ਕਰਵਾ ਦਿਓ, ਐਸਡੀ ਐਮ ਓ ਵੀ ਆ ਏਡੀ ਸੀ। ਉਹ ਮਾਣਯੋ ਡੀਸੀ ਸਾਹਿਬ ਦਾ ਜੀਓ ਧੰਨਵਾਦ ਕਰਦਾ, ਉਹਨਾਂ ਨੇ ਖੜੇ ਪੈਰ ਮੇਰੀ ਬੇਨਤੀ ਨੂੰ ਸਨਮਾਨ ਕਰਿਆ, ਮੇਰਾ ਕੇਸ ਏ ਡੀ ਸੀ ਸਾਹਿਬ ਨੂੰ ਦਿੱਤਾ, ਏ ਡੀ ਸੀ ਸਾਹਿਬ ਨੇ ਨਾਲ ਦੀ ਨਾਲ ਉਹਦੇ ਕਰ ਦਿੱਤਾ ਕਿ
ਗੀਤ ਬੰਨੇ ਨੂੰ ਜੁਆਇਨ ਕਰਾ ਲਓ। ਇਹਦਾ ਜਿਹੜਾ ਲੈਟਰ ਹੈ ਅਸੀਂ ਸੋਮਵਾਰ ਐਮ ਐਲ ਏ ਸਾਹਿਬ ਦੇ ਕਿੰਨੇ ਤਰੀਕ ਨੂੰ ਮਿਲਣ ਜਾ ਰਹੇ ਲੈਟਰ ਤੁਹਾਨੂੰ ਜੁਆਇਨ ਲੈਣ ਨੂੰ ਸੋਮਵਾਰ ਜੁਆਇਨ ਮੈਂ ਹੋ ਗਿਆ ਜੁਆਇਨ ਹੋ ਗਿਆ ਲੈਟਰ ਮਿਲਣਾ ਲੈਟਰ ਮਿਲਣਾ ਤੇ ਕੁਰਸੀ ਮਿਲਣੀ ਜਿਹਦੇ ਉੱਤੇ ਤੁਸੀਂ ਬੈਠਣਾ ਕੋਈ ਇੱਕ ਸੁਪਨਾ ਹੁੰਦਾ ਨਾ ਕਹਿੰਦੇ ਕਿ ਯਾਰ ਇਹ ਖਿਡਾਰੀ ਦਾ ਇਹੋ ਜਿਹੇ ਦੇਸ਼ ਲਈ ਕੁਛ ਕਰ ਰਿਹਾ ਦੇਸ਼ ਉਹਦੇ ਲਈ ਸ਼ੁਕਰਗੁਜ਼ਾਰ ਹਾਂ ਮਾਲਕ ਦਾ ਕਿ ਪਹਿਲੇ ਬਿਮਾਰੀ ਤੋਂ ਬਚਾ ਲਿਆ ਫਿਰ ਦੂਜਾ ਹੁਣ ਗਰੀਬੀ ਤੋਂ ਥੋੜਾ ਸੁੱਖ ਦਾ ਤਾਂ ਮਿਲੂਗਾ ਸੋ ਇੰਨਾ ਮਾਲਕ ਦਾ ਸ਼ੁਕਰ ਕਰਾਂ ਘੱਟ ਹੈ ਵੀਰੇ ਕਿਉਂਕਿ ਉਹ ਔਖੇ ਟਾਈਮ ਚ ਨਿਕਲ ਗਏ ਆ ਮਾੜੇ ਟਾਈਮ ਜਿਹੜੇ ਹਾਲਾਤ ਤੋਂ ਦੇਖੇ ਨੇ ਇਹ ਕਿਸੇ ਨੇ ਸ਼ਾਇਦ ਨਹੀਂ ਦੇਖੇ ਹੋਣੇ ਦੇਖੋ ਭਾਈ ਮੈਂ ਕਹਿ ਜਾ ਮੁੰਡਾ ਜਿਹਨੇ ਵੋਟ ਮਾਰ ਦਿੱਤੀ ਮੈਂ ਸਿਰ ਤੇ ਕੱਪੜਾ ਮੰਨ ਲਿਆ ਹਾਂਜੀ ਆ ਰਹੀ ਆਪਾਂ ਵਧੀਆ ਪਰਮਾਤਮਾ ਨੇ ਚਲੋ ਇੱਕ ਤਾਂ ਕਹਿੰਦੇ ਨੇ ਕਿ ਪਰਮਾਤਮਾ ਹਰੇਕ ਵਿੱਚ ਵੱਸਦਾ ਮੈਂ ਇਹ ਹਰੇਕ ਰੱਬ ਹੀ ਦਿਖਦਾ ਜਿਹੜਾ ਮੇਰੀ ਮਦਦ ਕਰਦਾ ਜਿਹੜੀ ਨਹੀਂ ਵੀ ਕਰਦਾ ਕੋਈ ਐਸੀ ਨਹੀਂ ਨਾ ਜਿਹੜੇ ਮੈਨੂੰ ਗਾਲਾਂ ਵੀ ਕਰਦੇ ਨੇ ਥੱਲੇ ਆਪਾਂ ਬੈਠੇ ਆ ਜਿਹਦੇ ਉੱਤੇ ਕਰਜ਼ਾ ਚੜਿਆ ਉਹਦੀ ਗਰਮੀ ਦੀ ਕਿਸੇ ਵੀ ਟਾਈਮ ਆ ਕੇ ਤਾਲਾ ਲੱਗ ਸਕਦਾ ਸੀ ਗਰੀਬ ਬੰਦੇ ਕਿੱਦਾਂ ਲੱਗਿਆ ਬਹੁਤ ਗੱਲਬਾਤ ਕਰਕੇ ਮੈਂ ਜਦ ਉਹਨਾਂ ਨੇ ਮੈਨੂੰ ਫੋਨ ਕਰਿਆ ਉਹਨਾਂ ਨੇ ਪਹਿਲੇ ਇਹੀ ਪੁੱਛਿਆ ਕਿ ਵੀਰੇ ਕਿੰਨਾ ਫੰਡ ਇਕੱਠਾ ਹੋਇਆ ਦੇਖੋ ਮੈਂ ਲੈਣ ਜੇ ਉਹਨਾਂ ਨੂੰ ਕਰੋੜਾਂ ਰੁਪਏ ਲੈ ਸਕਦਾ ਬਟ ਵੀਰੇ ਮੈਂ ਇੱਕ ਹੱਥ ਕਿਰਤ ਕਰਨ ਵਾਲਾ ਬੰਦਾ ਕਮਾਈ ਕਾ ਕਰਕੇ ਖਾਣ ਵਾਲਾ ਬੰਦਾ ਮੈਂ ਉਹਨਾਂ ਨੂੰ ਦੱਸਿਆ ਬਾਈ ਮੇਰੇ ਇੰਨੇ ਇਕੱਠੇ ਹੋ ਗਏ ਇਹ ਮੈਂ ਉਹਨਾਂ ਨੂੰ ਸਟੇਟਮੈਂਟ ਭੇਜੀ ਬਾਈ ਕਹਿੰਦਾ ਅੱਜ ਤੋਂ ਬਾਅਦ ਕਿਸੇ ਨੂੰ ਫੰਡ ਲੈਣ ਦੀ ਲੋੜ ਬਾਈ ਕਹਿੰਦਾ ਜਿੰਨਾ ਰਹਿ ਗਿਆ ਮੈਂ ਮਦਦ ਕੀਤੀ ਆ ਹੁਣ ਤੁਸੀਂ ਇਹ ਤੋਂ ਕੀ ਸਿੱਖਿਆ ਕੀ ਕਰਨਗੇ ਅੱਗੇ ਤੁਸੀਂ ਹੁਣ ਕੁਰਸੀ ਤੇ ਵੀ ਬਹਿ ਗਏ ਤੇ ਮਾਲਕ ਨੇ ਅੱਜ 13 ਦੀ ਸੁਣੀ ਆ ਕੱਲ 33 ਵੀ ਬਣਾਊਗਾ ਮੈਂ ਇਹੀ ਦੇਖੋ ਮੈਂ ਨਹੀਂ ਲੋਕਾਂ ਨੇ ਮਦਦ ਕਰੀ ਆ ਉਹਨਾਂ ਅੱਗੇ ਮਦਦ ਕਰੂ ਆ ਹਾਲੀ ਦੇ ਵਿੱਚ ਮੈਂ ਇੱਕ ਭੈਣ ਦੀ ਕੀ ਕਰ ਗਿਆ ਇੱਕ ਸਾਲ ਦੀ ਜਿਹੜੀ ਲੋਕਾਂ ਨੇ ਮੈਨੂੰ ਦਿੱਤੀ ਵੀ ਕਿਉਂਕਿ ਮੈਂ ਪਹਿਲਾਂ ਹੀ ਵਾਅਦਾ ਕਰਿਆ ਸੀਗਾ ਕਿ ਜਿੰਨਾ ਮੈਂ ਦਵਾਈਚਾ ਹੋਊਗਾ ਮੈਂ ਡੋਨੇਟ ਕਰ ਦੂੰਗਾ ਮੈਂ ਭੈਣ ਦੀ ਕੀ ਕਰ ਗਿਆ ਇੱਕ ਸਾਲ ਦੀ ਨਹੀਂ ਕਈ ਹੋਰ ਕਿਹੜੇ ਤੇ ਕੰਮ ਕਰ ਰਿਹਾ ਰੱਖਣਾ ਨਹੀਂ ਚਾਹੀਦਾ ਵੀ ਉਹ ਜੀ ਪੜਦਾ ਰਹੇ ਜਿਵੇਂ ਤੁਹਾਡੇ ਤੁਹਾਨੂੰ ਬੰਦਾ ਕੋਈ ਦੇ ਕੇ ਜਾਂਦਾ ਉਹ ਵੀ ਪੜਦਾ ਰੱਖਦਾ ਸੀ ਜੀ ਰੋੜੀ ਜਿੰਨੇ ਵੀ ਕੋਈ ਬੰਦਾ ਪੈਸੇ ਦੇ ਕੇ ਕੋਈ ਵੀਡੀਓ ਨਹੀਂ ਪਾਉਂਦਾ ਹੈਗਾ ਪੈਸੇ ਦੇਣ ਦੇ ਮੈਂ ਪਰ ਉਦਾਂ ਹੀ ਉਹੀ ਕੰਮ ਤੁਹਾਡਾ ਵੀ ਗੁਰਤੀ ਰੱਖਣਾ ਵੀ ਮਦਦ ਕਰਨੀ ਜ਼ਰੂਰ ਆ ਹੁਣ ਵੀ ਕਰ ਰਿਹਾ ਬਾਈ ਬਟ ਮੈਂ ਸ਼ੋਸ਼ੇਬਾਜ਼ੀ ਨਹੀਂ ਕਰਦਾ ਇਹਦੀ ਜਿਹੜੀ ਗੱਲ ਹੈ ਉਹ ਕਹਿੰਦੇ ਨਾ ਕਿ 1 ਰੁਪਿਆ ਦੇ ਕੇ ਲੋਕ ਜਿਤਾਉਂਦੇ ਆ ਫੋਟੋਆਂ ਖਿਚਾ ਲੈਂਦੇ ਆ ਉਹ ਕਰਦੇ ਨਹੀਂ ਦੇਖੋ ਮੈਂ ਤਾਂ ਇੱਕ ਬੰਦ ਕਰੀ
ਤਰੁਣ ਸ਼ਰਮ ਜਿੱਦਾਂ ਹੁਣ ਬਿੱਟੋ ਅੱਜ ਕੱਲ੍ਹ ਦੇ ਮੁੰਡੇ ਬੜੇ ਗੱਲ ਟੀਕੇ ਦਾ ਬੜਾ ਰਿਵਾਜ਼ ਚੱਲ ਪਿਆ, ਨਸ਼ੇ ਵਾਲੇ ਚਿੱਟੇ ਵਾਲੇ ਕਾਫੀ ਹੁਣ ਵਾਇਰਲ ਹੋ ਰਿਹਾ ਪੰਜਾਬ ਦੇ ਵਿੱਚ, ਇਹਨਾਂ ਵਾਸਤੇ ਤੁਹਾਡੀ ਇੱਕ ਵੀਡੀਓ ਪਾਈ ਸੀ ਵੀ ਮੈਂ ਇਹਦੀ ਮਦਦ ਕਰੂੰਗਾ, ਵੀ ਇਹਦੇ ਨਾਲ ਖੜੂੰਗਾ, ਇਹਦੀ ਸਪੋਰਟ ਕਰੂੰਗਾ, ਕਿੱਦਾਂ ਕਰੇਂਗੇ ਮਦਦ? ਇੱਕ ਭਾਈ ਬਿਨਾਂ ਪੈਸੇ ਬਿਨਾਂ ਮੈਡੀਸਿਨ ਇੱਕੋ ਚੀਜ਼ ਤੁਹਾਨੂੰ ਬਚਾ ਸਕਦੀ ਹੈ, ਉਹਨਾਂ ਨੂੰ ਨਸ਼ਾ ਛੁਡਾਉਣ ਦੇ ਲਈ ਜਿੰਨਾ ਬੰਦਾ ਉਹਨਾਂ ਨੂੰ ਬਿਜ਼ੀ ਕਰ ਦੂਗਾ ਉਹਨਾਂ ਨੇ ਨਸ਼ਾ ਛੱਡਣਾ। ਫਿਜ਼ੀਕਲ ਐਕਟੀਵਿਟੀ ਜਦ ਹੋਊਗੀ ਉਹਦੇ ਨਾਲ ਤੁਹਾਡਾ ਖੂਨ ਫਿਲਟਰ ਹੋਣ ਆ ਗਿਆ, ਜੇ ਤੁਹਾਡਾ ਖੂਨ ਹੀ ਫਿਲਟਰ ਹੋ ਜਾਣਾ ਤੁਹਾਡੀ ਨਸ਼ੇ ਦੀ ਤਲਬ ਘੱਟ ਜਾਣੀ। ਮੈਂ ਇਹੀ ਸੁਜੈਸ਼ਨ ਕਰੂੰਗਾ ਕੋਈ ਵੀ ਭੈਣ ਭਰਾ ਜਿਹੜਾ ਨਸ਼ਾ ਕਰਦਾ ਨਸ਼ਾ ਛੱਡੇ, ਗਰਾਊਂਡ ਸ਼ੁਰੂ ਕਰੇ, ਗਰਾਊਂਡ ਦੇ ਨਾਲ ਜੁੜੇ। ਹਾਂਜੀ, ਜਿਹੜਾ ਗਰਾਊਂਡ ਦਾ ਇੱਕ ਮਾਹੌਲ ਹੈ ਨਾ ਉਹਦੇ ਵਿੱਚ ਕੀ ਹੁੰਦਾ ਇੱਕ ਫੈਮਿਲੀ ਵਰਗੀ ਵਾਤਾਵਰਨ ਹੁੰਦਾ। ਜਿਵੇਂ ਹੁਣ ਮੈਂ ਹਾਂ, ਮੈਂ ਜਦ ਆਪਣੀ ਟੀਮ 'ਚ ਜਾਂਦਾ ਹੁਣ ਤਾਂ ਮੇਰੇ ਸਾਰੇ ਭਾਈ ਭੈਣ ਨੇ ਉਹ ਵਧੀਆ ਆਪਾਂ ਗੱਲਬਾਤ ਵੀ ਕਰਦੇ ਹਾਂ, ਦੋ ਤਿੰਨ ਘੰਟੇ ਵਧੀਆ ਨਿਕਲ ਜਾਂਦੇ ਹਾਂ, ਉਹ 'ਚ ਕੀ ਹੁੰਦਾ ਬੰਦਾ ਇੱਕ ਮਾਇੰਡ ਫਰੈਸ਼ ਹੈ। ਮੈਂ ਇਹੀ ਕਹੂੰਗਾ ਕਿ ਤਿੰਨ ਚੀਜ਼ਾਂ ਇਹ ਬੰਦਾ ਕਰੇ, ਸਵੇਰ ਦੀ ਸੈਰ, ਆਕਸੀਜਨ ਬਹੁਤ ਜ਼ਰੂਰੀ, ਪਾਣੀ ਪੂਰਾ ਦੱਬ ਕੇ ਵੀ ਅਤੇ ਤੀਜਾ ਹੈਗਾ ਆਪਣੀ ਡਾਇਟ ਮੇਨਟੇਨ ਕਰਨੀ। ਬੰਦਾ ਉਦੋਂ ਟੁੱਟਦਾ ਜਦੋਂ ਉਹਦੇ ਹੱਥ ਨਿਰਾਸ਼ਾ ਲੱਗਦੀ ਹੈ, ਨਿਰਾਸ਼ਾ ਨੂੰ ਆਪਣੇ ਆਪ 'ਤੇ ਹੈਵੀ ਨਾ ਆਉਣ ਦਿਓ, ਜਦ ਨਿਰਾਸ਼ਾ ਤੁਹਾਡੇ 'ਤੇ ਹੈਵੀ ਹੋ ਗਈ ਤੁਸੀਂ ਡਿਪਰੈਸ਼ਨ 'ਚ ਚਲੇ ਜਾਣਾ ਔਰ ਗਲਤ ਸਟੈਪ ਸ਼ੁਰੂ ਕਰ ਦੇਣਾ। ਮੈਂ ਇਹੀ ਅਪੀਲ ਵੀ ਕਰੂੰਗਾ ਤੁਹਾਡੇ ਚੈਨਲ ਦਾ ਜੀ ਕਿ ਬਾਈ ਮੈਨੂੰ ਦੇਖੋ, ਮੈਂ ਅੱਧੇ ਸਰੀਰ ਨਾਲ ਕਿੱਥੋਂ ਕਿੱਥੇ ਆ ਗਿਆ, ਰੱਬ ਨੇ ਤੁਹਾਨੂੰ ਕੋਈ ਸਰੀਰ ਦਿੱਤੇ ਹੋਏ, ਇਹਨੂੰ ਕੀੜਾ ਨਾ ਲਵਾਓ, ਇਹਨੂੰ ਰੋਗ ਨਾ ਲਗਵਾਓ, ਨਸ਼ਾ ਕੋਈ ਤੋੜ ਨਹੀਂ ਹੈ ਇਸ ਚੀਜ਼ ਦਾ, ਡਿਪਰੈਸ਼ਨ ਕੋਈ ਹੱਲ ਨਹੀਂ ਹੈ ਇਸ ਚੀਜ਼ ਦਾ, ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਤੁਸੀਂ ਨਹੀਂ ਕਰ ਸਕਦੇ, ਸਭ ਕੁਛ ਕਰ ਸਕਦੇ ਹੋ, ਆਪਣੇ ਆਪ ਨੂੰ ਇੱਥੋਂ ਸਟਰੋਂਗ ਰੱਖੋ, ਜਿਹੜਾ ਇਹ ਸਟਰੋਂਗ ਰਹੂਗਾ ਇਹ ਸਾਥ ਦਊਗਾ। ਤੁਹਾਡੇ ਸਾਹਮਣੇ ਚੌਂਦੀ ਜਾਗਦੀ ਤਸਵੀਰ ਤੁਹਾਡੇ ਸਾਹਮਣੇ ਆ ਜਿਹੜੀ ਗੱਲ ਕਰ ਰਹੀ ਆ, ਉਹ ਟਾਈਮਾਂ 'ਚੋਂ ਨਿਕਲੇ ਹੋਏ ਨੇ ਪਰ ਨਸ਼ੇ 'ਚੋਂ ਨਹੀਂ, ਕਈ ਵਾਰ ਬੰਦਾ ਗਲਤ ਸੋਚ ਲੈਂਦਾ ਪਰ ਹਾਲਾਤ ਹੀ ਇੱਦਾਂ ਦੇ ਹੋਏ, ਨਸ਼ੇ ਨਾਲ ਹੀ ਭੜੇ ਹਾਲਾਤ ਹੀ ਉਹ, ਜੋ ਡਾਕਟਰ ਤਦ ਵੀ ਇਹ ਡਾਟਾ ਉਹ ਹਾਲਾਤ ਸੀ ਜਿਹੜੇ ਪਹਿਲਾਂ ਵੀਡੀਓ 'ਚ ਤੁਸੀਂ ਦੱਸਦੇ ਪਏ ਸਾਨੂੰ ਕਿ ਅੱਜ ਤੁਹਾਡੇ ਸਾਹਮਣੇ ਲੈ ਫਿੱਟ ਵੀ ਨੇ, ਮਾਲਕ ਨੇ ਇਹਦੀ ਬਾਹ ਵੀ ਫੜ ਲਈ ਆ, ਅਤੇ ਸੁਣ ਵੀ ਲਿਆ ਕਰਜ਼ਾ ਵੀ ਸਿਰ ਉੱਤਰ ਗਿਆ, ਜੇ ਤੁਸੀਂ ਮਿਹਨਤ ਕਰੇਂਗੇ ਤੁਹਾਡਾ ਕੀ ਨਹੀਂ ਹੋ ਸਕਦਾ ਹੈਗਾ। ਉਹਦਾ ਰੀਜ਼ਨ ਇਹ ਹੈ ਬਾਈ, ਮੈਂ ਆਪਣੇ ਆਪ ਨੂੰ ਡਾਊਨ, ਮੇਰੇ ਕੋਚ ਦਾ ਮੈਂ ਸ਼ੁਕਰੀਆ ਕਰਦਾ, ਉਹਨਾਂ ਨੇ ਮੈਨੂੰ ਹਰੇਕ ਸਮੱਸਿਆ ਨਾਲ ਲੜਨ ਲਈ ਤਿਆਰ ਕਰਤਾ, ਉਹਨਾਂ ਨੇ ਮੇਰੀ ਵਿਲ ਪਾਵਰ 'ਤੇ ਕੰਮ ਕਰਿਆ, ਮੇਰੀ ਵਿਲ ਪਾਵਰ ਇੰਨੀ ਕੁ ਸਟਰੋਂਗ ਕਰਤੀ ਕਿ ਮੈਂ ਕਦੇ ਨਾ ਫਿਜ਼ੀਕਲ ਲੜਾਈ 'ਚ ਮੈਂ ਕਦੇ ਹਾਰਿਆ, ਨਾ ਕਦੇ ਕਿਸੇ ਸਿਚੁਏਸ਼ਨ ਮੈਂ ਹਾਰਿਆ, ਮੈਂ ਹਮੇਸ਼ਾ ਜਿੱਤੇ ਹੀ ਹਾਂ। ਜਿੱਤਾ ਤਾਂ ਜ਼ਿੰਦਗੀ ਦਾ ਪਹਿਲੂ ਹੈ, ਜੇ ਤੁਸੀਂ ਜਿੱਤੋਗੇ ਨਹੀਂ ਤਾਂ ਸਾਹਮਣੇ ਵਾਲਾ ਹਾਰੂਗਾ ਕਿਵੇਂ, ਜੇ ਤੁਸੀਂ ਹਾਰੋਗੇ ਨਹੀਂ ਤਾਂ ਸਾਹਮਣੇ ਵਾਲਾ ਜਿੱਤੂਗਾ, ਆਪਣੇ ਆਪ ਨੂੰ ਇੱਕ ਟਾਈਮ ਇਹੋ ਜਿਹਾ ਵੀ ਨੀ ਨਹਿਰ ਦੇ ਕਿਨਾਰੇ ਤੇ ਖੜੇ ਸੋਚਦਾ ਸੀ ਵੀ ਮੈਂ ਗਿਰਾਂ ਕਿ ਨਾ ਗਿਰਾਂ। ਹਾਂ ਰਿਐਲਿਟੀ ਹੈ, ਮੈਂ ਤੁਹਾਨੂੰ 2014 ਦੀ ਦੱਸੀ ਸੀ ਕਿ ਮੈਂ ਕੋਈ ਅਫਸਰ ਆਇਆ ਜੀ ਗੱਲ ਕਹਿਤੀ, ਮੈਂ ਨਹਿਰ 'ਚ ਆਪਣੇ ਮੈਡਲ ਵੀ ਦਿੱਤੇ, ਸੈਰੀ ਵੀ ਏਡ ਵੀ ਦਿੱਤੇ, ਮੈਂ ਜ਼ਹਿਰ ਮਾਰਨ ਲੱਗਾ, ਲੇਕਿਨ ਕਹਿੰਦੇ ਨੇ ਕਿ ਬਚਾਣੇ ਦਾ ਰੱਬ ਉਹਨੇ ਮੈਨੂੰ ਕੁਛ ਚੰਗਾ ਹੀ ਲਿਆ ਸੀਗਾ ਕਿ ਨਹੀਂ ਵਾਪਿਸ ਆ ਜਾ ਤੁਹਾਡੇ ਮੁੰਡੇ ਬੈਠਾ, ਜੇ ਮੈਂ ਉਸ ਟਾਈਮ ਉਹ ਕੰਮ ਕਰ ਲੈਂਦਾ ਲੋਕ ਮੈਨੂੰ ਬੁੱਧ ਲੈ, ਅੱਜ
ਨਾ ਉਹ ਭੈਣ ਭਰਾਵਾਂ ਦਾ ਮੋਟੀਵੇਸ਼ਨ ਕਰ ਰਿਹਾ ਜਿਹੜੇ ਨਸ਼ੇ ਜਿੱਦਾਂ ਜੀ ਫਸੇ ਹੋਏ ਨੇ ਜਾਂ ਕਿਤੇ ਡਿਪਰੈਸ਼ਨ ਕਾਰਨ ਜਾਂ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦੇ। ਤੁਹਾਨੂੰ ਸ਼ਰਮੀ ਹੁਣ ਇੱਥੇ ਆਪਣੀ ਅਕੈਡਮੀ ਤਿਆਰ ਕਰ ਕਰ ਮੇਰੀ ਅਕੈਡਮੀ ਤਿਆਰ ਹੈ ਬਸ ਬੱਚੇ ਆ ਰਹੇ ਨੇ ਮੇਰੇ ਕੋਲ 15-16 ਤੁਸੀਂ ਫੀਸ ਬਣ ਕੇ ਆਲੇ ਆਉਣਾ ਜੋਗੇ ਕਿੰਨੀ ਮੇਰਾ 500 ਓਨਲੀ ਓਨਲੀ ਤਿਆਰ ਕਰਨ ਲਈ 5-6 ਸਾਲ ਲੱਗ ਜਾਂਦੇ ਬਟ ਅੱਜ ਕੱਲ ਦੇ ਪੇਰੈਂਟ ਕੀ ਕਰਦੇ ਆ ਕਿ ਇੱਕ ਵਾਰ ਬੱਚਾ ਹਾਰ ਜਾਂਦਾ ਘਰ ਬਿਠਾ ਲੈਂਦੇ ਵੀ ਨਹੀਂ ਆਉਣ ਨਹੀਂ ਜਾਣਾ ਬਟ ਕਿਤੇ ਗੱਲ ਸਰ ਦੇਖੋ ਕੋਚ ਦੀ ਮਿਹਨਤ ਹੁੰਦੀ ਹੈ ਕੋਚ ਬੱਚੇ ਨੂੰ ਤਿਆਰ ਕਰਦਾ 1-1.5 ਸਾਲ ਲੱਗ ਜਾਂਦਾ ਉਸ ਤੋਂ ਬਾਅਦ ਜਦ ਉਹ ਪਹਿਲੀ ਵਾਰ ਖੇਡਦਾ ਪਹਿਲੀ ਵਾਰ ਜੈਨੂਅਨ ਹੀ ਗੱਲ ਕਿਸੇ ਦਾ ਮੈਚ ਨਹੀਂ ਹੁੰਦਾ ਬਈ ਆਉਂਦਾ ਕਿਵੇਂ ਐਕਸਪੀਰੀਅੰਸ ਜਦ ਤੱਕ ਤੁਸੀਂ ਟੂਰਨਾਮੈਂਟ ਅਟੈਂਡ ਨਹੀਂ ਕਰੋਗੇ ਤੁਹਾਨੂੰ ਐਕਸਪੀਰੀਅੰਸ ਦਾ ਪਤਾ ਹੀ ਨਹੀਂ ਮੈਂ ਬੇਨਨ ਨੂੰ ਇਹੀ ਕਹੂੰਗਾ ਕਿ ਗੇਮ ਜਿਹੜੀ ਵੀ ਹੈ ਉਹਨੂੰ ਥੋੜ੍ਹਾ ਟਾਈਮ ਦਿਓ ਤਾਂ ਕਿ ਤੁਹਾਡਾ ਬੱਚਾ ਇੱਕ ਵਧੀਆ ਇਨਸਾਨ ਬਣ ਜਾਵੇ ਨਾ ਕਿ ਮੈਂ ਲਾਇਆ ਮੈਨੂੰ 27 ਸਾਲ ਹੋ ਗਏ ਮੈਂ ਜਿਸ ਵਾਰ ਤਾਂ ਮੈਂ ਅੱਜ ਇਸ ਨੂੰ ਕੰਮ ਦੇ ਵਿੱਚ ਅੱਜ ਵਰਲਡ ਮਾਣ ਨਹੀਂ ਕਰਦਾ ਅੱਜ ਵਰਲਡ 'ਚ ਮੈਨੂੰ ਸਾਰੇ ਜਾਣਦੇ ਹੁਣ ਇਹ ਟਾਈਮ 'ਚ ਤੁਹਾਡਾ ਵੀ ਗ੍ਰੀਨ ਬੁੱਕ ਜਿਹੜੇ ਉਹਦੇ ਵਿੱਚ ਵੀ ਤੁਹਾਡਾ ਨਾਂ ਚੱਲੂ ਜ਼ਰੂਰ ਵੀ ਮੈਂ ਅਪਲਾਈ ਕਰ ਰਿਹਾ ਇੰਨੀ ਮਿਹਨਤ ਕਰੀ ਆ ਮੈਂ ਅਪਲਾਈ ਕਰ ਰਿਹਾ ਰਿਕਾਰਡ ਦੇ ਲਈ ਮੈਂ ਅੱਜ ਕੱਲ੍ਹ ਟੀਮ ਨੇ ਭੇਜਣਾ ਮੈਂ ਪੰਜਾਬ ਦਾ ਔਰ ਇੰਡੀਆ ਦਾ ਇੱਕ ਲੋਕਾ ਪਲੇਅਰ ਹਾਂ ਮੈਂ 18 ਘੰਟੇ ਦੇ ਨਾਲ ਕਿੱਦਾਂ ਨਾ ਕਿਤੇ ਇੱਕ ਰਿਕਾਰਡ ਬਣੂ ਜ਼ਿੰਦਗੀ ਦੇ ਵਿੱਚ ਦੋਸਤੋ ਜਿਹੜੇ ਬੰਦੇ ਇੱਦਾਂ ਦੇ ਹੁੰਦੇ ਮਿਹਨਤੀ ਹੁੰਦੇ ਨੇ ਉਹਨਾਂ ਨੂੰ ਪਿੱਛੇ ਹਟਣਾ ਪੈ ਜਾਂਦਾ ਤੁਹਾਨੂੰ ਸ਼ਰਮਾ ਵੀ ਕਿਸੇ ਟਾਈਮ ਪਿੱਛੇ ਹਟਿਆ ਸੀ ਕਿ ਉਹਨਾਂ ਨੇ ਕੁਛ ਅੱਗੇ ਸੋਚਿਆ ਹੁੰਦਾ ਵਧਣਾ ਹੁੰਦਾ ਕਿ ਜਿਹੜਾ ਪਿੱਛੋਂ ਭੱਜ ਗਿਆ ਹੁੰਦਾ ਉਹ ਛਾਲ ਮਾਰ ਕੇ ਅੱਗੇ ਨਿਕਲਦਾ ਬਾਕੀ ਇਹ ਛਾਲ ਮਾਰ ਕੇ ਅੱਗੇ ਹੁਣ ਨਿਕਲ ਗਿਆ ਨਿਕਲ ਹੀ ਗਏ ਹੁਣ ਕੋਈ ਸ਼ੱਕ ਤਾਂ ਨਹੀਂ ਹੈਗਾ ਬਟ ਮੈਂ ਪਿੱਛੇ ਹਟਣ ਦਾ ਕਾਰਨ ਇਹ ਸੀਗਾ ਕਿ ਮੈਂ ਪਿੱਛੇ ਜ਼ਰੂਰ ਹਟਿਆ ਲੇਕਿਨ ਮੈਂ ਸੋਚਿਆ ਸੀ ਕਿ ਜੇ ਮੈਂ ਹੁਣ ਆਊਂਗਾ ਤਾਂ ਹਨੇਰੀ ਲੈ ਕੇ ਆਊਂਗਾ ਜਵਾਨ ਬਣ ਕੇ ਆਉਂਦਾ ਉਹ ਬਣ ਕੇ ਬਾਕੀ ਜਵਾਨ ਬਣ ਕੇ ਨਿਕਲੇ ਰੱਬ ਨੇ ਵੀ ਸਾਥ ਦਿੱਤਾ ਯਾਰਾਂ ਦੋਸਤਾਂ ਨੇ ਵੀ ਸਾਥ ਦਿੱਤਾ ਸਿੰਗਰਾਂ ਨੇ ਵੀ ਸਾਥ ਦਿੱਤਾ ਐਨਆਰਆਈ ਭਰਾਵਾਂ ਨੇ ਵੀ ਸਾਥ ਦਿੱਤਾ ਉਹ ਮਾਂ ਬਾਪ ਦਾ ਸਾਥ ਤਾਂ ਪਹਿਲਾਂ ਹੀ ਸੀ ਨਾਲ ਤੁਹਾਡੇ ਉਹ ਤਾਂ ਰੱਬ ਰੂਪ ਨੇ ਉਹ ਇੱਕ ਤੁਸੀਂ ਕਹਾਣੀ ਸੁਣੀ ਹੋਣੀ ਹੈ ਸ਼ਿਵ ਜੀ ਭਗਵਾਨ ਆਪਣੇ ਬੱਚਿਆਂ ਨੂੰ ਕਹਿੰਦਾ ਹਰਦੀਪ ਸਿੰਘ ਗਰੇ ਕਿ ਜਿਹੜਾ ਪਹਿਲੇ ਦੁਨੀਆਂ ਦੇ 7 ਚੱਕਰ ਲਾ ਕੇ ਆਊਗਾ ਮੈਂ ਉਹਨੂੰ ਲੱਡੂ ਦਊਂਗਾ ਜੇਤੂ ਦੇ ਦੂੰਗਾ ਹਰਦੀਪ ਮੋੜ ਤੇ ਬੈਠ ਕੇ ਚਲੇ ਜਾਂਦਾ ਗਣੇਸ਼ ਭਗਵਾਨ ਜੀ ਨਾ ਮੋਦਕ ਤੇ ਬੈਠ ਕੇ ਆਪਣੇ ਮਾਂ ਬਾਪ ਦੇ ਚੱਕਰ ਲੈ ਲੈਂਦੇ ਆ ਜਦ ਘਰ ਦੀ ਆ ਜਾਂਦਾ ਤੇ ਉਹ ਆਪਣੇ ਮਾਂ ਬਾਪ ਨੂੰ ਪੁੱਛਦਾ ਕਿ ਇਹ ਤਾਂ ਗਿਆ ਨੀ ਤੁਸੀਂ ਮੈਨੂੰ ਭੇਜਤਾ ਕਰਦੀ ਕਹਿੰਦਾ ਗਣੇਸ਼ ਭਗਵਾਨ ਕਹਿੰਦਾ ਕਹਿੰਦਾ ਭਈਆ ਗੁਰਾ ਮਤ ਮਾਨਣਾ ਕਹਿੰਦਾ ਪੂਰੀ ਦੁਨੀਆ ਤਾਂ ਮਾਰੇ ਸਾਹਮਣੇ ਸੀ ਮੈਂ ਇਹੀ ਇਗਜ਼ੈਂਪਲ ਦੇ ਰਿਹਾ ਮਾਂ ਬਾਪ ਤੁਹਾਡਾ ਰੱਬ ਨੇ ਤੁਹਾਡੀ ਦੁਨੀਆ ਨਾਮ ਲਓ ਤਾਂ ਵਧੀਆ ਰਹੂਗਾ ਬਾਕੀ ਮੈਂ ਤਾਂ ਅਪੀਲ ਕਰ ਸਕਦਾ ਜਿੱਥੇ ਤੱਕ ਮੇਰਾ ਨੌਲੇਜ ਹੈ ਮੇਰੇ ਨਾਲ ਬੜੇ ਬੜੇ ਗਿਆਨੀ ਇਕੱਠੇ ਨੇ ਕਿਉਂਕਿ ਜਿੱਥੇ ਤੱਕ ਮੇਰਾ 33 ਸਾਲ ਦਾ ਤਜਰਬਾ ਹੈ ਮਾਂ ਬਾਪ ਹੀ ਰੱਬ ਦਾ ਰਹੂਗਾ ਔਖੇ ਟਾਈਮ 'ਚ ਮਾਂ ਬਾਪ ਨੇ ਹੀ ਕਰਨਾ ਰਿਸ਼ਤੇਦਾਰਾਂ ਨੇ ਕਰਨਾ ਨਾ ਭੈਣ ਭਰਾਵਾਂ ਨੇ ਕਰਨਾ ਨਹੀਂ ਮਾਂ ਬਾਪ ਬੇਨਤੀ ਕਰਨਾ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਇੱਜ਼ਤ ਕਰੋ ਮਾਵਾਂ ਹੁਣ ਦਲੇਰ ਪੁੱਤ ਸ਼ੇਰ ਹੀ ਜੰਮਦੀਆਂ ਨੇ ਸ਼ੇਰ ਪੁੱਤ ਇੱਦਾਂ ਦੇ ਹੁੰਦੇ ਨੇ ਇਹਦੇ ਕਦੇ ਵੀ ਹਾਰਦੇ ਨਹੀਂ ਹੈਗੇ ਬਹੁਤ ਬਹੁਤ ਧੰਨਵਾਦ ਜੀ ਤਰਨ ਜੀ ਤੁਹਾਡਾ ਥੈਂਕ ਯੂ ਬਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਹਾਰ ਗਏ